ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਭਾਈ, ਕੀ ਹਾਲ ਹੈ? ਸ਼ੁਕਰ ਅੱਲਾਹ ਦਾ ਭਾਈ। ਕੀ ਕਰਦੇ ਜੀ? ਬਸ ਭਾਈ, ਰੋਜ਼ੀ ਨਹੀਂ ਲਿਖਣੇ ਆ, ਬਾਹਰ ਕੰਮ ਸ਼ਾਮ ਹੈ ਨਹੀਂ ਗਾ, ਲੈਣੇ ਆ ਮਾਲੇ ਗਈ ਬਾਦ ਅੱਲਾਹ ਖੈਰ। ਹਾਂ, ਤਾਂ ਦੇਵਾਂ ਤੇ ਛੋਟਾ ਤੋਹਫਾ ਕੂਲਰ ਭਾਈ। ਬੜੀ ਮਿਹਰਬਾਨੀ ਹੈ, ਤੁਸੀਂ ਲੈ ਕੇ ਜਾਣਾ ਕਿਤੇ ਕਿ ਮਜ਼ਾਕ ਕਰੀ ਜਾ ਰਹੇ ਸਾਡੇ ਨਾਲ? ਉਹ ਭਾਈਆਂ ਨੇ ਤੁਹਾਡਾ ਵਾ। ਨਹੀਂ ਨਹੀਂ ਭਾਈ ਜਾ, ਮਜ਼ਾਕ ਕਰ ਰਹੇ ਹੋ, ਕਿਤੇ ਕਰਨਾ। ਥੱਲੇ ਆਓ ਜਰਾ, ਆ ਕੂਲਰ ਰੱਖੇ ਰੱਖੋ ਭਾਈ। ਸਾਡੇ ਵੱਲ ਤੁਹਾਨੂੰ ਤੋਹਫਾ ਵਾ, ਤੁਸੀਂ ਇਹਨੂੰ ਲਿਆਇਓ, ਜਾ ਕੇ ਇਸਤੇਮਾਲ ਕਰੋ। ਇਹ ਭੁੱਖ ਵੀ ਕੈਸੀ ਚੀਜ਼ ਰੱਬਾ, ਬੰਦੇ ਨੂੰ ਪੜ੍ਹਨੇ ਪਾ ਦਿੰਦੀ, ਜੇ ਆ ਜਾਵੇ ਕਿਤੇ ਆਈ ਤੇ ਰਾਜੇ ਤੋਂ ਭੀਖ ਮੰਗਾ ਦਿੰਦੀ। ਇਹ ਦੁਨੀਆ ਭੱਜੀ।